ਲੋ ਜੀ ਵੀਰੇ, ਅੱਜ ਆਪਾਂ ਫਿਰ ਤੁਹਾਡੀ ਸੇਵਾ ਵਿੱਚ ਹਾਜ਼ਰ ਹੋਏ ਹਾਂ ਲੈ ਕੇ ਇੱਕ ਨਵੀਂ ਕਾਰ, ਹੋਂਡਾ ਸਿਟੀ BMT ਟੌਪ ਮਾਡਲ। ਬਹੁਤ ਸੋਹਣੀ ਕਾਰ ਆ, ਤਕਰੀਬਨ 1 ਤੋਂ 1.5 ਪੀਸ ਗੱਡੀ ਦਾ ਪੇਂਟ ਆ, ਬਾਕੀ ਆਲ ਓਰੀਜਨਲ ਆ। ਉਸ ਤੋਂ ਪਹਿਲਾਂ ਬਾਈ ਚੈਨਲ ਕਰ ਲਓ ਆਪਣਾ ਸਬਸਕ੍ਰਾਈਬ ਅਤੇ ਪਤਾ ਕਰ ਲਓ ਨੋਟ। ਧੂਰੀ ਕਾਰ ਬਾਜ਼ਾਰ ਓਪੋਜ਼ਿਟ TVS ਏਜੰਸੀ, ਸਮਾਰਟ ਪੁਆਇੰਟ ਨੀਅਰ ਨੱਤ ਦਾ ਹੋਸਪਿਟਲ, MK ਬਾਈਪਾਸ ਰੋਡ, ਸ਼ਹਿਰ ਧੂਰੀ। ਅਤੇ ਆਪਣੇ ਨਾਲ ਅੱਜ ਫਿਰ ਜੁੜ ਗਏ ਨੇ ਅਮਰ ਵੀਰ ਜੀ। ਸਤਿ ਸ਼੍ਰੀ ਵੀਰ ਜੀ। ਸਤਿ ਸ਼੍ਰੀ ਅਕਾਲ ਜੀ। ਹੋਰ ਜੀ, ਕਿਵੇਂ ਹੋ? ਬਹੁਤ ਵਧੀਆ। ਕਿਵੇਂ ਨੇ, ਠੀਕ ਨੇ? ਬਿਲਕੁਲ ਵਧੀਆ। ਪਿਛਲੇ ਦਿਨ ਮਾੜੇ ਮੋਟੇ ਹੈਗਾ ਸੀ ਦਿੱਕਤ ਕੋਈ? ਬੁਖਾਰ ਹੋ ਗਿਆ ਸੀਗਾ। ਠੀਕ ਹੈ ਜੀ, ਠੀਕ ਹੈ। ਤੇ ਵੀਰ ਜੀ, ਸਟੇਟਸ ਕੀ ਹੈ ਗੱਡੀ ਦਾ? ਸ਼ਾਰਟਕਟ ਜਿਹਾ ਗੱਡੀ ਦਾ? ਸ਼ਾਰਟਕਟ ਇਹ ਆ ਵੀ 2014 BMT ਟੌਪ ਮਾਡਲ ਆ, ਡੀਜ਼ਲ ਵਰਜ਼ਨ ਚ ਆ। ਠੀਕ ਹੈ ਜੀ। ਸੈਕਿੰਡ ਓਨਰ ਕਾਰ ਆ, ਬਹੁਤ ਸੋਹਣੀ ਗੱਡੀ ਆ। ਸਾਰੀ ਗੱਡੀ ਚ 1.5 ਪੀਸ ਪੇਂਟ ਆ, ਫਰੰਟ ਦੀ ਲਗਭਗ ਸ਼ੀਲਡ ਆ। ਠੀਕ ਹੈ ਜੀ। ਦੋ ਟਾਇਰ ਮੂਹਰਲੇ 90 ਕੁ ਪੈਸੇ ਨੇ। ਠੀਕ ਹੈ ਜੀ। ਪਿਛਲੇ 50% ਨੇ, 40 ਤੋਂ 50% ਲਾ ਲੈਂਦੇ ਆ। ਆਟੋ ਕਲਾਈਮੇਟ ਏਸੀ ਆ ਗੱਡੀ ਦਾ। ਤੇ ਸਾਈਡ ਸ਼ੀਸ਼ੇ ਵਗੈਰਾ ਵੀਰ ਜੀ ਜਿਵੇਂ ਹੁੰਦੇ ਇਲੈਕਟ੍ਰੋਨਿਕ ਜੀ? ਸਾਰੇ ਆਟੋ ਉੱਡ ਜਾਏ ਉਦੋਂ ਇਲੈਕਟ੍ਰੋਨਿਕ ਨੇ, ਇਲੈਕਟ੍ਰੋਨਿਕ ਸ਼ੀਸ਼ੇ ਨੇ। ਠੀਕ ਆ ਜੀ। ਤੇ ਮੀਟਰ ਦੀ ਵੀਰ ਜੀ, ਮੀਟਰ ਦੀ ਗੱਲ ਕਰਦੇ ਆਪਾਂ ਜਿਵੇਂ 89,000 ਚੱਲ ਗਈ, 99,000 ਕਿਲੋਮੀਟਰ। ਠੀਕ ਆ ਜੀ। ਵਿਦ ਸਰਵਿਸ ਰਿਕਾਰਡ। ਠੀਕ ਹੈ। ਇਹ ਪੁਸ਼ ਬਟਨ ਆ ਕਿ ਕਿਹੜੀ ਆ ਕੀ ਗੱਡੀ ਹੈ? ਨਹੀਂ, ਇਹ ਪੁਸ਼ ਬਟਨ ਨਹੀਂ ਹੈ, ਕੀ ਨਾਲ ਹੀ ਸਟਾਰਟ ਹੁੰਦੀ ਹੈ ਜੀ। ਬਾਕੀ ਇਹ ਕਿਸੇ ਕਾਰ ਬਾਜ਼ਾਰ ਦੀ ਗੱਡੀ ਨਹੀਂ ਗੀ, ਇਹ ਪ੍ਰਾਈਵੇਟ ਕਾਰ ਹੀ ਆ। ਵੀਰ ਨੇ ਬਹੁਤ ਸਾਂਭ ਕੇ ਰੱਖੀ ਹੈ ਕਾਰ, ਜਿਸ ਵੀਰ ਕੋਲ ਇਸ ਟਾਈਮ ਹੈਗੀ ਆ। ਤੇ ਮਾੜਾ ਦਿਖਾ ਦੋਗੇ ਮੀਟਰ ਵੀਰ ਜੀ ਆਪਾਂ? ਹਾਂ, ਦਿਖਾ ਦਿੰਦੇ ਹਾਂ। 70 ਮੈਡਨ ਹੈ, ਬਹੁਤ ਵਧੀਆ ਰੱਖੇ ਹੋਏ। ਠੀਕ ਹੈ, ਵਧੀਆ ਸ਼ੌਂਕ ਨਾਲ ਰੱਖੀ ਕਾਰ ਹੈ, ਵੀ ਘਰੇਲੂ ਕਾਰ ਹੈ ਇਹ। ਤੇ ਮੀਟਰ ਦਿਖਾਓ ਜੀ ਕੈਮਰਾਮੈਨ ਸਾਹਿਬ। 99,000 ਚੱਲੀ ਹੈ ਗੱਡੀ। ਬਾਕੀ ਇੰਟੀਰੀਅਰ ਇੰਟੂਰੀਅਰ ਗੱਡੀ ਦਾ ਪੂਰਾ ਸਾਫ਼ ਸੁਥਰਾ ਹੀ ਆਪਾਂ ਜਿਵੇਂ ਤੁਹਾਨੂੰ ਦਿਖਾਇਆ। ਬਾਕੀ ਹੈਲੀਕਾਪਟਰ ਵੀ ਦੇਖੋ ਉੱਡਦਾ ਹੈ ਵੀਰ ਜੀ। ਬਿਲਕੁਲ ਜੀ, ਮਤਲਬ ਜਹਾਜ਼ ਮੰਗਾ, ਹੈਲੀਕਾਪਟਰ ਵਰਗੀ ਕਾਰ ਹੈ ਜੀ ਇਹ, ਹੈਲੀਕਾਪਟਰ ਵਾਲੀ ਕਾਰ। ਠੀਕ ਹੈ ਜੀ। ਤੇ ਪੀਸ ਵੀਰ ਜੀ, ਕੋਈ ਨਵਾਂ ਨੁਮਾ ਕੋਈ ਪਿਆ? ਕੋਈ ਪੀਸ ਨਵਾਂ ਨਹੀਂ ਪਿਆ ਹੋਇਆ। ਠੀਕ ਹੈ ਜੀ। ਵੀਰ ਜੀ ਦੱਸ ਰਹੇ ਜਿਵੇਂ ਇਸ ਵਿੰਡੋ ਨੀਚੇ ਜੀ, ਇੱਥੇ ਜੀ ਅੱਧਾ ਕੁ ਦਰਵਾਜ਼ਾ ਇਹ ਕਰਾਇਆ ਥੱਲੇ ਟਚਿੰਗ, ਇਹ ਟਚਿੰਗ ਆ ਜੀ। ਇੱਕ ਦਰਵਾਜ਼ਾ ਥੋੜਾ ਜਿਹਾ ਪੀਸ ਉਧਰੋਂ ਆ। ਠੀਕ ਆ ਜੀ। ਲਓ ਜੀ ਉਧਰ ਦਿਖਾਓ ਕਾਰ। ਤੇ ਡੱਗੀ ਡੁੱਗੇ ਦੀ ਵੀਰ ਜੀ ਆਪਾਂ ਬੂਟ ਫਲੋਰ ਦੀ ਗੱਲ ਕਰਦੇ ਆ, ਆਪਣੇ ਮਤਲਬ ਕਿ ਆਪਣੀ ਡਿਮਾਂਡ ਦੇ ਮੁਤਾਬਕ ਜਿਵੇਂ ਆਪਾਂ ਕਰਦੇ ਆ। ਹਾਂ, ਉਹੀ ਜੀ ਕਾਰ ਹੈਗੀ ਆ। ਲਓ ਜੀ ਆਪਾਂ ਬੂਟ ਫਲੋਰ ਦੀ ਦਿਖਾਨੇ ਕਾਰ। ਵੀਰ ਜੀ ਸਮਾਨ ਸਮੂਹ ਤਾਂ ਉਵੇਂ ਹੈ ਜੀ, ਐਂਪ ਬੂਫਰ ਲੱਗਿਆ ਹੈ ਬਾਲਟੀ ਨੇ। ਹਾਂ ਜੀ। ਵਿੱਚ ਹੀ ਮਿਲੂਗਾ ਕਿਵੇਂ ਜੀ? ਸ਼ਕੀਨ ਆ। ਹਾਂ ਸਰ। ਠੀਕ ਆ ਜੀ। ਲਓ ਜੀ ਬੂਟ ਫਲੋਰ ਥੋੜਾ ਜਿਹਾ ਵੇਟ ਜ਼ਿਆਦਾ ਹੈ ਇਹਦੇ 'ਚ। ਟਾਇਰ ਤਕਰੀਬਨ ਹੈਗਾ ਸਟਿਪਨੀ ਵਾਲਾ, 50% ਬ੍ਰਿਸਟੋਨ ਦਾ ਟਾਇਰ ਆ ਜੀ। ਤੇ ਐਂਪ ਬੂਫਰ ਗੱਡੀ 'ਚ ਦੇਖੋ, ਵਧੀਆ ਸ਼ੌਂਕ ਨਾਲ ਰੱਖੀ ਕਾਰ ਆ, ਐਂਪ ਬੂਫਰ ਗੱਡੀ ਦੇ ਵਿੱਚ ਲੱਗਿਆ ਹੈ। ਤੇ ਇਸ ਕਾਰ ਵਿੱਚ ਕੰਪਨੀ ਦੇ ਅਲਾਏ ਆਉਂਦੇ ਨੇ। ਤੇ ਕਨੈਕਟਰ ਸਾਈਡ ਤੋਂ ਵੀਰ ਜੀ ਕੋਈ ਟਚਿੰਗ ਗੱਡੀ ਦੇ? ਇਸ ਵਿੰਡੋ 'ਤੇ? ਆਹ ਵਿੰਡੋ 'ਤੇ ਆ। ਇਸ ਵਿੰਡੋ ਤੋਂ ਵੀਰ ਜੀ ਦੱਸ ਰਹੇ ਸੀ, ਇਸ ਪਾਰਟ 'ਤੇ ਆਹ ਵਾਲਾ ਓਰੀਜਨਲ ਹੀ ਆ, ਅਤੇ ਇੱਥੋਂ ਤੋਂ ਨੀਚੋ ਨੀਚੋ ਟਚਿੰਗ ਆ। ਕ੍ਰੋਮ ਦੇ ਹੈਂਡਲ, ਜਿਵੇਂ ਆਪਾਂ ਗੱਲ ਕਰਦੇ ਸੀ ਕ੍ਰੋਮ ਦੇ ਹੈਂਡਲ ਗੱਡੀ ਨੂੰ ਆਉਂਦੇ ਨੇ। ਆ ਪਿੱਛੋਂ ਦਿਖਾ ਦਿਓ ਬੈਕ ਤੋਂ। ਲਓ ਜੀ ਵੀਰ ਜੀ, ਡਬਲ ਫਲੋਰ ਆਉਂਦਾ ਗੱਡੀ ਦੇ? ਡਬਲ ਜੀ, ਡਬਲ। ਜਿਵੇਂ ਇਹਦੇ ਵਿੱਚ ਚਾਰਜਿੰਗ ਪੁਆਇੰਟ ਹੈ ਨਾ ਜੀ? ਚਾਰਜਿੰਗ ਪੁਆਇੰਟ ਤੋਂ ਤਾਂ ਪਿੱਛੇ ਵਾਲੀ ਪੈਸੇਂਜਰ ਪੂਰੇ ਕੰਫਰਟੇਬਲ ਰਹਿਣਗੇ ਜੀ। ਬਾਕੀ ਚਾਰਜਿੰਗ ਚੁਰਜਿੰਗ ਵਾਲਾ ਵਿੱਚ ਵੀ ਪਿੱਛੇ ਵੀ ਲੱਗੇ ਹੁੰਦੇ ਨੇ ਇਹਦੇ ਚਾਰਜਿੰਗ ਵਾਲੇ ਪੁਆਇੰਟ। ਬਾਕੀ ਮੈਟਿੰਗ ਮੂਟਿੰਗ ਸਹੀ ਆ, ਮੈਟਿੰਗ ਮੂਟਿੰਗ ਬਹੁਤ ਘੈਂਟ ਤਰੀਕੇ ਨਾਲ ਹੋਈ ਆ, ਸੋਹਣੀ ਕਾਰ ਅੰਦਰੋਂ ਵੀ ਪੂਰੀ ਐਨ। ਤੁਸੀਂ ਦਿਖਾਓ ਜੀ। ਤੇ ਸੀਡੀ ਸਿਸਟਮ ਵਗੈਰਾ ਵੀ ਜੀ ਇਹਦਾ? ਤੇ ਕੰਪਨੀ ਵਾਲੀ? ਸਾਰਾ ਕੁਝ ਕੰਪਨੀ ਦਾ ਹੀ ਆ, ਸਾਰਾ ਕੁਝ ਚੱਲਦਾ, ਸਾਰਾ ਕੁਝ ਵਰਕ। ਬੈਕ ਕੈਮਰਾ ਇਹਦੇ 'ਚ, ਗੇਅਰ ਲੌਕ ਲੱਗਿਆ ਹੋਇਆ। ਠੀਕ ਹੈ ਜੀ। ਕੁੰਡਲਾਕਾ ਬੰਦੀ ਆ ਗੱਡੀ ਪੂਰੀ ਪੂਰੀ ਵਧੀਆ। ਠੀਕ ਆ ਜੀ। ਬਾਕੀ ਸ਼ੀਸ਼ੇ ਜਿਹੜੇ ਆਉਂਦੇ ਨੇ ਇਹਦੇ, ਇੰਡੀਕੇਟਰ ਵਿੱਚ ਹੀ ਆਉਂਦੇ ਨੇ ਸ਼ੀਸ਼ਾ ਤੇ। ਤੇ ਫਰੰਟ ਦੇ ਟਾਇਰ ਤਾਂ ਵੀਰ ਜੀ ਨਵੇਂ ਵਰਗੇ ਹੀ ਲੱਗਦੇ ਨੇ, ਤਾਂ ਜਿਵੇਂ ਨਵੇਂ ਲਵਾ ਕੇ ਉਹਨੇ 4-5 ਹਜ਼ਾਰ ਚ ਲਾਈ ਆ ਮੁੰਡੇ ਨੇ। ਠੀਕ ਆ ਜੀ।
ਮਤਲਬ ਯਾਨੀ 90-95% ਟਾਇਰ ਪਿਆ। ਠੀਕ ਹੈ ਜੀ, ਤੇ ਇੰਜਨ ਦਿਖਾਈ ਕੋਈ ਬਲੋ ਬਲੋ ਹੈਗੇ ਗੱਡੀ ਵਿੱਚ? ਗੱਡੀ ਨਾ ਨਾ ਬਲੋ ਇਹਦੀ ਕੀ ਹੋਣੀ ਆ। ਲਓ ਜੀ ਆਪਾਂ ਇੰਜਨ ਦਿਖਾਉਂਦੇ ਕਾਰ ਤੁਹਾਨੂੰ। ਲਓ ਜੀ ਆਪਾਂ ਇੰਜਨ ਦੀ ਸਟਾਰਟ ਕਰਤੀ ਆ ਕਾਰ, ਇੰਜਨ ਦਿਖਾਉਂਦੇ ਆ। ਵੀਰ ਜੀ ਮੈਂ ਆਪਾਂ ਗੋਡੇ ਗੋਡੇ ਗੱਲ ਕਰਦੇ ਹਾਂ, ਗੋਡਿਆਂ ਅਤੇ ਮੋਢਿਆਂ ਦੀ, ਗੋਡੇ ਮੋਢੇ ਐਪਨ ਵਗੈਰਾ ਕਿਵੇਂ ਨੇ ਗੱਡੀ ਦੇ? ਸਭ ਕੁਛ ਓਕੇ ਆ, ਬੌਂਡ ਬੂੰਡ ਸਾਰੀ ਗੱਡੀ ਸ਼ੀਲਡ ਹੈ, ਕੇਵੀਐਸ ਬ੍ਰੇਕ ਨੇ। ਠੀਕ ਹੈ ਜੀ, ਕੋਈ ਲੱਗੇ ਬੱਚੇ ਕਿਸੇ ਪਾਸੇ ਹੈ ਨਹੀਂ? ਆ ਕਲੰਬ ਤੱਕ ਚੇਂਜ ਨਹੀਂ ਹੈਗਾ, ਦੇਖੋ ਸਾਰੇ ਨਾਲ ਦੇ ਨੇ ਕੰਪਨੀ ਦੇ। ਲਓ ਜੀ ਉਵੇਂ ਕੰਪਨੀ ਦੇ ਨਿਸ਼ਾਨ ਲੱਗੇ ਹੁੰਦੇ ਕਲਰ ਵਾਲੇ, ਆਪਾਂ ਆਪਣੀ ਵੀਡੀਓ ਦਿਖਾਉਂਦੇ ਹਾਂ ਤਾਂ ਇਹ ਮਤਲਬ ਇਹੀ ਹੁੰਦਾ ਇਹਦਾ ਵੀ ਇਹ ਪੀਸ ਚੇਂਜ ਨਹੀਂ ਹੈ। ਬਾਕੀ ਵੀਰ ਜੀ ਇਹ ਸਰਵਿਸ ਵੀ ਤਾਂ ਤਾਜ਼ੀ ਹੋਈ ਲੱਗਦੀ? ਹਾਂ ਹੁਣ ਹੀ ਆਇਲ ਬਦਲ ਕੇ ਆਏ ਨੇ ਮੁੰਡੇ। ਠੀਕ ਹੈ ਜੀ, ਇਹ ਗੱਡੀ ਸਰਵਿਸ 'ਤੇ ਆਈ ਸੀ, ਬੈਠੇ ਬੈਠੇ ਇਹਨਾਂ ਦਾ ਮੂਡ ਬਣ ਗਿਆ ਵੀ ਕੋਈ ਵੱਡੀ ਗੱਡੀ ਲੈ ਲਾਂਗੇ ਆਪਾਂ। ਠੀਕ ਹੈ ਜੀ, ਅਸੀਂ ਕਿਹਾ ਫਿਰ ਤੁਹਾਡੀ ਵੀਡੀਓ ਪਾ ਦਿੰਦੇ ਹਾਂ ਭਾਈ ਅਸੀਂ। ਠੀਕ ਹੈ ਜੀ, ਘਰੇਲੂ ਕਾਰ ਆ ਵੀਰ, ਜਿਹੜਾ ਕੋਈ ਵੀਰ ਚਾਹੁੰਦਾ ਨਾ ਕੋਈ, ਕਈ ਵਾਰ ਕੋਈ ਹੁੰਦਾ ਵੀ ਆਪਾਂ ਘਰੇਲੂ ਕਾਰ ਲੈਣੀ ਆ ਤਾਂ ਆਪਣੇ ਕੋਲ ਬਹੁਤ ਸੋਹਣੀ ਕਾਰ ਇਹ ਹੋਂਡਾ ਸਿਟੀ ਆਪਣੇ ਕੋਲ ਹਾਜ਼ਰ ਆ। BMT ਮਾਡਲ ਆ, 2014 ਮਾਡਲ ਆ, ਅਤੇ ਦੋਨੇ ਚਾਬੀਆਂ ਗੱਡੀ ਦੇ ਨਾਲ ਨੇ। ਲਓ ਜੀ ਵੀਰ ਜੀ ਆਪਾਂ ਗੱਡੀ ਬਾਡੀ ਲੈਣ ਦੀ ਵੀ ਦੇਖ ਲਈ ਆ, ਇੰਜਨ ਦੀ ਦੇਖ ਲਈ ਆ, ਸਾਰੀ ਆਪਾਂ ਪ੍ਰੋਪਰ ਟਾਇਰਾਂ ਟੂਰਾਂ ਦੇਖ ਲਈ ਆ। ਅਤੇ ਵੀਰ ਜੀ ਆਪਾਂ ਕੋਈ ਬੈਸਟ ਰੇਟ ਜਿਹੜਾ ਕੋਈ ਆਸਕਿੰਗ ਪ੍ਰਾਈਜ਼ ਨਾ ਹੋਵੇ, ਬਸ ਰੇਟ ਹੋਵੇ ਬਸ ਉਹੀ ਜਿਹੜਾ ਦੇਣਾ। 3,95,000 ਰੁਪਇਆ ਵਿਦ NOC 50। ਵਿਦ NOC 50, ਠੀਕ ਆ। ਪੰਜਾਬ ਦੀ ਜਾਂ ਕਿਸੇ ਵੀ ਜਗ੍ਹਾ ਦੀ ਆਪਾਂ ਲੈ ਸਕਦੇ, ਕਿਸੇ ਵੀ ਲੈ ਲਵੇ। ਠੀਕ ਆ ਜੀ, ਇਹ ਜ਼ਿਆਦਾ ਕੁਛ ਇਹਦੇ ਵਿੱਚ ਕੁਛ ਹੋਣਾ ਨਹੀਂ, ਵੈਸੇ ਵੀ ਆਪਣੇ ਰੇਟਾਂ ਵਿੱਚ ਕੋਈ ਜ਼ਿਆਦਾ ਫਰਕ ਹੁੰਦਾ ਨਹੀਂ, ਕਿਉਂਕਿ ਚੀਜ਼, ਹਾਂ ਚੀਜ਼ ਵੀਰ ਜੀ ਦੱਸਦੇ ਹਾਂ, ਜਿਵੇਂ ਆਪਾਂ ਚੀਜ਼ ਦਾ ਕੋਈ ਫਰਕ ਨਿਕਲਿਆ ਫਿਰ ਜੀ ਫਿਰ ਅਸੀਂ ਜ਼ਿੰਮੇਵਾਰ ਹਾਂ, ਫਿਰ ਰੇਟ ਕਸਟਮਰ ਦਾ ਹੋਊਗਾ ਕੀ ਲੈ ਸਕਦਾ। ਬਸ ਠੀਕ ਆ, ਉਹ ਧੂਰੀ ਕਾਰ ਬਾਜ਼ਾਰ ਦਾ ਅਸੂਲ ਆ ਇਹ ਵੀ ਫਿਰ ਰੇਟ ਤੁਹਾਡਾ ਹੋਊਗਾ। ਲੱਗੀ ਵੱਜੀ ਐਕਸੀਡੈਂਟ, ਪੇਪਰਾਂ ਦੀ ਮਾੜੀ ਤਾਂ ਹੋਣੀ ਨਹੀਂ, ਪੇਪਰ ਤਾਂ ਪਹਿਲੀ ਚੈੱਕ ਹੁੰਦੇ ਨੇ, ਪਹਿਲਾਂ ਚੈੱਕ ਕਰਕੇ ਫਿਰ ਹੀ ਆਪਾਂ ਵੀਡੀਓ ਗੱਡੀ ਦੀ ਅਪਲੋਡ ਕਰਦੇ ਹਾਂ। ਬਾਕੀ ਬਾਈ ਘੱਟ ਚੱਲੀਆਂ ਗੱਡੀਆਂ ਲਈ ਆਪਣਾ ਚੈਨਲ ਕਰ ਲਓ ਸਬਸਕ੍ਰਾਈਬ, ਵੱਧ ਤੋਂ ਵੱਧ ਕਰ ਲਓ ਸ਼ੇਅਰ। ਮਿਲਦੇ ਵੀਰੇ ਨੈਕਸਟ ਵੀਡੀਓ, ਤਦ ਤੱਕ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਜੈ ਹਿੰਦ।